ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਦੋਸਤੋ, ਮੈਂ ਉਮੀਦ ਕਰਨਾ ਕਿ ਤੁਸੀਂ ਖਰੀਅਤ ਨਾ ਹੋਗੇ ਔਰ ਅੱਜ ਦੀ ਕੀ ਕੋਈ ਮਸਰੂਫੀਅਤ ਹੈ ਤੁਹਾਡੇ ਨਾਲ ਸ਼ੇਅਰ ਕਰਨੇ ਆ। ਸਭ ਤੋਂ ਪਹਿਲੇ ਮੈਂ ਆਇਆ ਜੀ ਸਬਜ਼ੀ 'ਚ, ਅਲਹਮਦੁਲਿਲਾ ਸਬਜ਼ੀ ਸਾਰੀ ਨੂੰ ਗੋਡੀ ਹੋ ਗਈ ਦੀ ਹੈ ਔਰ ਅੱਜ ਇਹਨੂੰ ਪਾਣੀ ਲਗਾਉਣਾ ਸੀ, ਲੇਕਿਨ ਪਾਣੀ ਲਗਾਉਣ ਤੋਂ ਪਹਿਲੇ ਇਹ ਮੈਂ ਰਾਖ ਜਿਹਨੂੰ ਅਸੀਂ ਪੰਜਾਬੀ 'ਚ ਸਵਾਹ ਕਹਿੰਦੇ ਹਾਂ ਉਹ ਲੈ ਕੇ ਆਇਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗੰਦਮ ਜਿਹੜੀ ਹੈ ਉਹ ਪੱਕ ਕੇ ਤਿਆਰ ਹੋ ਰਹੀ ਹੈ। ਉਹ ਬਹੁਤ ਸਾਰੇ ਛੋਟੇ ਛੋਟੇ ਕੀੜੇ ਮਕੂੜੇ ਜਿਹੜੇ ਨੇ ਉਹ ਡਰੇ ਨੇ ਅੱਜ ਕੱਲ੍ਹ ਤਾਂ ਸਬਜ਼ੀ ਨੂੰ ਬਹੁਤ ਜ਼ਿਆਦਾ ਅਟੈਕ ਕਰਦੇ ਨੇ, ਯਾਨੀ ਕਿ ਇਹ ਜਿਹੜੀ ਹਰਿਆਲੀ ਹੈ ਨਾ ਇਹ ਬਹੁਤ ਕਮ ਰਹਿ ਗਈ ਹੈ, ਤਾਂ ਇਹ ਸਬਜ਼ੀ ਜਿਹੜੀਆਂ ਨੇ ਉਹ ਖਾਂਦੇ ਨੇ ਘੱਟ ਘੱਟ ਕੇ, ਤਾਂ ਇਸ ਵਾਸਤੇ ਉਹਦੇ ਵਾਸਤੇ ਇਹ ਸਵਾਹ ਜਿਹੜੀ ਹੈ ਬਹੁਤ ਜ਼ਰੂਰੀ ਹੈ। ਇਹ ਤੁਸੀਂ ਦੇਖ ਸਕਦੇ ਹੋ ਭਿੰਡੀ ਦਾ ਪੌਦਾ ਜਿਹੜਾ ਨੇ ਉਹਦੇ ਪੱਤੇ ਕਿੰਨੇ ਕਿੰਨੇ ਜਿਹੜੇ ਨੇ ਕੀੜੇ ਨੇ ਖਾ ਦਿੱਤੇ ਨੇ, ਇਸ ਪੌਦੇ ਦੇ ਵੀ ਔਰ ਇਸ ਪੌਦੇ ਦੇ ਵੀ, ਔਰ ਇਹ ਮਾਸ਼ਾਅੱਲਾ ਵਿੱਚ ਤੰਦਰੁਸਤ ਪੌਦੇ ਨੇ। ਤੋ ਜੀ ਸੁਬਾ ਸੁਬਾ ਸੁੱਟਣ ਦਾ ਫਾਇਦਾ ਇਹ ਹੈ ਕਿ ਰਾਤ ਦੀ ਤਰੇਲ ਪਈ ਦੀ ਹੈ ਔਰ ਤਰੇਲ ਦੇ ਨਾਲ ਇਹ ਪੱਤੇ ਜਿਹੜੇ ਨੇ ਇਹ ਗਿੱਲੇ ਹੋਏ ਨੇ ਔਰ ਇਹ ਜਿਹੜੀ ਰਾਖ ਮੈਂ ਸੁੱਟ ਰਿਹਾ ਨਾ ਸਵਾਹ, ਇਹ ਜਨਾਬ ਸੁੱਟਦਿਆਂ ਸਾਰੀ ਪੱਤਿਆਂ ਨੂੰ ਚੰਬੜ ਜਾਂਦੀ ਹੈ ਔਰ ਕੀੜਾ ਮਕੂੜਾ ਕੋਈ ਜਿਹੜਾ ਨਾ ਇਹਨਾਂ ਨੂੰ ਖਾ ਨਹੀਂ ਸਕਦਾ, ਯਾਨੀ ਕਿ ਅਟੈਕ ਨਹੀਂ ਕਰ ਸਕਦਾ। ਇਸ ਵਾਸਤੇ ਇਹਦਾ ਬਹੁਤ ਜ਼ਿਆਦਾ ਫਾਇਦਾ, ਇੱਕ ਤਾਂ ਰੂੜੀ ਬਣ ਰਹੀ ਹੈ, ਦੂਸਰਾ ਸਬਜ਼ੀ ਵਗੈਰਾ ਮਹਫੂਜ਼ ਹੈ। ਅਲਹਮਦੁਲਿਲਾ ਜੀ ਇਹ ਵਾਲਾ ਕੰਮ ਕੰਪਲੀਟ ਹੋ ਗਿਆ, ਜਿੰਨੇ ਵੀ ਸਵਾਹ ਆਏ ਸੀ ਨੇ ਰਾਤ ਸਾਰੀ ਸਬਜ਼ੀ ਦੇ ਵਿੱਚ ਜਿਹੜੀਆਂ ਨੇ ਬਖੇਰ ਦਿੱਤੀ ਹੈ ਔਰ ਸਟਾਬਰੀ ਰਹਿ ਗਈ ਹੈ। ਸਟਾਬਰੀ ਨੂੰ ਅੱਜ ਜਨਾਬ ਇਨਸ਼ਾਅੱਲਾ ਗੋਡੀ ਕੀਤੀ ਜਾਏਗੀ ਔਰ ਫਿਰ ਇਹਨੂੰ ਜਨਾਬ ਪਾਣੀ ਲਾਇਆ ਜਾਏਗਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਚਲੋ ਜੀ ਹੁਣ ਵਾਰੀ ਹੈ ਸਟਾਬਰੀ ਦੀ, ਸਟਾਬਰੀ ਨੂੰ ਗੋਡੀ ਕਰਨੀ ਹੈ, ਲੇਕਿਨ ਉਹਦੇ ਤੋਂ ਪਹਿਲੇ ਇਹਦਾ ਛਾਪਰ ਜਿਹੜਾ ਨਾ ਇਹ ਅਸੀਂ ਉਤਾਰਾਂਗੇ, ਤੁਹਾਡੀ ਆਪਣੀ ਮਰਜ਼ੀ। ਅਗਰ ਤੁਸੀਂ ਸਟਾਬਰੀ ਲਗਾਈ ਦੀ ਹੈ, ਕਈ ਦੋਸਤ ਨੇ ਆਉਣਾ ਬਹੁਤ ਜ਼ਿਆਦਾ ਲਗਾਈ ਦੀ ਹੈ ਅਤੇ ਉਹ ਛਾਪਰ ਨਹੀਂ ਵੀ ਉਤਾਰਦੇ ਔਰ ਅਸੀਂ ਥੋੜ੍ਹੀ ਜਿਹੀ ਲਾਈ ਦੀ ਹੈ ਅਤੇ ਕਾਫੀ ਜ਼ਿਆਦਾ ਇਹਦੇ 'ਚ ਜੜੀ ਬੂਟੀ ਨਿਕਲ ਆਈ ਹੈ ਔਰ ਪੌਦੇ ਸਾਡੇ ਜਿਹੜੇ ਨੇ ਉਹਨਾਂ ਨੂੰ ਕੋਈ ਇੰਨੀ ਹੋਸ਼ ਨਹੀਂ ਆਈ, ਯਾਨੀ ਕੋਈ ਇੰਨੇ ਪੌਦੇ ਵਧੇ ਫੁੱਲੇ ਨਹੀਂ। ਤੋ ਮੇਰੀ ਮਰਜ਼ੀ ਇਹ ਹੈ ਕਿ ਇਹਨੂੰ ਇਹਦਾ ਪਲਾਸਟਿਕ ਛਾਪਰ ਜਿਹੜਾ ਨਾ ਉਹ ਉਤਾਰ ਕੇ ਨਾ ਇਹਨੂੰ ਅੱਛੀ ਤਰ੍ਹਾਂ ਗੋਡੀ ਕਰ ਕੀਤੀ ਜਾਏ ਫਿਰ ਇਹਨੂੰ ਪਾਣੀ ਲਗਾਇਆ ਜਾਏ। ਉਹ ਇਹ ਛਾਪਰ ਜਿਹੜਾ ਨੇ ਵੈਸੇ ਵੀ ਹੈ ਪੜ ਗਿਆ ਛਾਪਰ ਔਰ ਇਹਨੂੰ ਅਸੀਂ ਨਾਲ ਲਾ ਲਾਂਗੇ ਪਹਿਲੇ।
ਸਾਰੀਆਂ ਜਗ੍ਹਾ ਤੋਂ ਸ਼ਾਪਰ ਵੈਸੇ ਵੀ ਜਿਹੜਾ ਨਾ ਉਹ ਪੜ ਗਿਆ ਵਾ। ਸ਼ਾਪਰ ਲਗਾਉਣ ਦੇ ਦੋ ਫਾਇਦੇ ਹੁੰਦੇ ਨੇ। ਇੱਕ ਫਾਇਦਾ ਤਾਂ ਇਹ ਹੁੰਦਾ ਕਿ ਕਿਉਂਕਿ ਜਿਹੜੇ ਮੌਸਮ 'ਚ ਸਟਰਾਬਰੀ ਲੱਗਦੀਆਂ ਨੇ ਉਸ ਮੌਸਮ 'ਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ, ਯਾਨੀ ਕਿ ਧੁੰਦਾਂ ਛੁੰਦਾਂ ਪੈਂਦੀਆਂ ਨੇ, ਉਹ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ। ਸ਼ਾਪਰ ਲਗਾਉਣ ਦਾ ਇਹ ਫਾਇਦਾ ਹੈ ਕਿ ਇਹ ਜਿਹੜਾ ਪੌਦਾ ਨੇ ਇਹ ਬਹੁਤ ਜ਼ਿਆਦਾ ਨਰਮ ਹੁੰਦਾ, ਸਰਦੀ ਬਰਦਾਸ਼ਤ ਨਹੀਂ ਕਰਦਾ, ਇਸ ਵਾਸਤੇ ਸ਼ਾਪਰ ਲਗਾਇਆ ਜਾਂਦਾ। ਔਰ ਦੂਸਰਾ ਫਾਇਦਾ ਇਹ ਹੈ ਕਿ ਜਨਾਬ ਜੜੀ ਬੂਟੀ ਨਹੀਂ ਉੱਗਦੀ, ਯਾਨੀ ਕਿ ਤੁਹਾਨੂੰ ਗੋਡੀ ਨਹੀਂ ਪਾਉਣੀ ਪੈਂਦੀ। ਦੋ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ। ਔਰ ਕੁਛ ਦੋਸਤ ਮੌਸਮ ਚੇਂਜ ਹੋਈਏ ਤਾਂ ਸ਼ਾਪਰ ਉਤਾਰ ਦਿੰਦੇ ਨੇ, ਕੁਛ ਦੋਸਤ ਜਿਹੜੇ ਨੇ ਉਹ ਨਹੀਂ ਵੀ ਉਤਾਰਦੇ। ਹੁਣ ਜਿਸ ਤਰ੍ਹਾਂ ਮੈਂ ਉਤਾਰ ਰਿਹਾ, ਇਸ ਤਰ੍ਹਾਂ ਕੁਛ ਦੋਸਤ ਉਤਾਰ ਦਿੰਦੇ, ਕੁਛ ਜ਼ਿਆਦਾਤਰ ਜਿਹੜੇ ਨੇ ਉਹ ਨਹੀਂ ਉਤਾਰਦੇ, ਕਿਉਂਕਿ ਜਿਹਨਾਂ ਜ਼ਿਆਦਾ ਲਗਾਈ ਦੀ ਹੁੰਦੀ ਹੈ ਉਹ ਨਹੀਂ ਉਤਾਰ। ਉਹ ਤੁਹਾਡੇ ਭਾਈ ਨੇ ਤਾਂ ਉਤਾਰ ਦਿੱਤਾ, ਥੋੜ੍ਹਾ ਜਿਹਾ ਰਹਿ ਗਿਆ, ਇਹ ਸਾਰਾ ਜਿਹੜਾ ਉਤਾਰ ਦਾਂਗੇ। ਤੋ ਅਲਹਮਦੁਲਿਲਾ ਜੀ, ਸ਼ਾਪਰ ਸਾਰਾ ਜਿਹੜਾ ਨਾ ਉਹ ਉਤਾਰ ਕੇ ਇੱਕ ਸਾਈਡ 'ਤੇ ਇਕੱਠਾ ਕਰ ਦਿੱਤਾ। ਔਰ ਹੁਣ ਜਨਾਬ ਇਹਨੂੰ ਗੋਡੀ ਕਰਾਂਗੇ। ਸਭ ਤੋਂ ਪਹਿਲੇ ਕਹੀ ਨਾਲ ਗੋਡੀ ਕਰਾਂਗੇ, ਇਹਦੀਆਂ ਜਿਹੜੀਆਂ ਖਿਲਾਂ ਦੇ ਵਿੱਚ ਕੋਈ ਜੜੀ ਬੂਟੀ ਆ ਉਹਨੂੰ ਕੱਢਾਂਗੇ, ਤੋ ਫਿਰ ਇਨਸ਼ਾਅੱਲਾ ਰੱਬੇ ਨਾਲ ਕਰਾਂਗੇ। ਅਲਹਮਦੁਲਿਲਾ ਜੀ, ਸਟਰਾਬਰੀ ਨੂੰ ਗੋਡੀ ਹੋ ਗਈ ਹੈ। ਕੁਛ ਗੋਡੀ ਕੱਲ੍ਹ ਕੀਤੀ ਸੀ, ਕੁਛ ਅੱਜ ਕੀਤੀ ਹੈ, ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ। ਅਲਹਮਦੁਲਿਲਾ ਮੌਸਮ ਬਾਰਿਸ਼ ਵਾਲਾ ਹੋਇਆ, ਫੁੱਲ ਚਾਂਸ ਨੇ ਬਾਰਿਸ਼ ਦੇ। ਔਰ ਅਸੀਂ ਮਿਰਚਾਂ ਨੂੰ ਪਾਣੀ ਲਗਾਇਆ ਕਿ ਸਬਜ਼ੀ ਨੂੰ ਹਲੇ ਪਾਣੀ ਨਹੀਂ ਲਗਾਇਆ, ਕਿਉਂਕਿ ਹੋ ਸਕਦਾ ਰਾਤ ਨੂੰ ਬਾਰਿਸ਼ ਹੋ ਜਾਵੇ। ਹੁਣ ਟਾਈਮ ਵੀ ਤਕਰੀਬਨ ਥੋੜ੍ਹਾ, ਤੋ ਅਗਰ ਬਾਰਿਸ਼ ਹੋ ਗਈ ਤਾਂ ਠੀਕ ਹੈ, ਨਹੀਂ ਤਾਂ ਸੁਬਹਾ ਇਨਸ਼ਾਅੱਲਾ ਪਾਣੀ ਲਗਾ ਦਾਂਗੇ। ਔਰ ਇਨਸ਼ਾਅੱਲਾ 100% ਚਾਂਸ ਨੇ ਕਿ ਬਾਰਿਸ਼ ਜਿਹੜੀ ਆ ਉਹ ਹੋ ਜਾਵੇਗੀ। ਸਮਾਨ 'ਤੇ ਬਾਰਿਸ਼ ਫੁੱਲ ਬੱਦਲ ਹੋਇਆ, ਔਰ ਵੈਸੇ ਵੀ ਛੋਟੀਆਂ ਛੋਟੀਆਂ ਜਿਹੜੀਆਂ ਨੇ ਉਹ ਕਣੀਆਂ ਲੱਗੀਆਂ ਨੇ। ਤੋ ਜਨਾਬ ਇਹ ਕਰੇਲੇ ਨੇ ਮਾਸ਼ਾਅੱਲਾ, ਇਹਨਾਂ ਦੇ ਅੱਗੇ ਆ ਜਨਾਬ ਲੱਕੜੀ ਲਗਾ ਦਾਂਗੇ, ਝੱਲੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਤਾਂ ਕਿ ਇਹਨਾਂ ਦੀਆਂ ਜਿਹੜੀਆਂ ਵੇਲਾਂ ਨੇ ਉਹ ਇਹਦੇ ਉੱਤੇ ਚੜ ਜਾਣ।
ਤੋ ਅਲਹਮਦੁਲਿਲਾ ਜੀ ਕੰਮ ਕੰਪਲੀਟ ਹੋ ਗਿਆ, ਜਿੰਨੀਆਂ ਵੀ ਕਰੇਲਿਆਂ ਦੀਆਂ ਬੇਲਾਂ ਹਨ ਉਹਨਾਂ ਦੇ ਅੱਗੇ ਜਨਾਬ ਇਹ ਲੱਕੜੀ ਲਗਾ ਦਿੱਤੀ ਹੈ। ਤੋ ਦੋਸਤੋ ਬਾਰਿਸ਼ ਜਿਹੜੀ ਆ ਉਹ ਵੀ ਤਕਰੀਬਨ ਤੇਜ਼ ਹੋ ਗਈ ਹੈ। ਤੋ ਇਹ ਸੀ ਤੁਹਾਡੇ ਬਾਈ ਦੀ ਅੱਜ ਦੀ ਮਸਰੂਫੀਅਤ, ਅੱਜ ਦੀ ਇੱਕ ਛੋਟੀ ਜਿਹੀ ਵੀਡੀਓ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਈ ਹੋਏ ਤਾਂ ਇਹਨੂੰ ਪਹਿਲੇ ਹੀ ਤਰ੍ਹਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਉਨੀ ਦੇਰ ਤੱਕ ਮੁਅੱਜ਼ਮ ਸਲੀਮ ਨੂੰ ਇਜਾਜ਼ਤ ਦਿਓ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਭਾਈ ਨੂੰ ਦੁਆਵਾਂ ਯਾਦ ਰੱਖਿਓ। ਅੱਲਾਹ ਹਾਫਿਜ਼। ਬਸ ਸਾਡੇ ਘਰ ਰੱਖਣਾ, ਮੈਂ ਨਮਾਜ਼ ਪੜ੍ਹ ਕੇ ਆਇਆ, ਟਾਈਮ ਕੀ ਹੋਇਆ ਬੜਾ।